दाणा मंडी ममदोट फिरोजपुर विखे अज फिरोजपुर देहाती दे MLA श्री रजनीश दहिया की रहनवाई हेठ सरकार के दिशा निर्देशों मुताबक कणक की खरीदारी शुरू करवाई गई। MLA साहब ने दसिया है कि किसानों नूं किसी तरह की मुश्किल नहीं आउण दित्ती जाएगी। इत्थे मार्केट कमेटी के सकत्तर हरदीप सिंह ने मंडी के बंदोबस्त वास्ते मुकम्मल तौर पर किसानों नूं जानकारी दी। आओ सुनते हाँ गलबात। ਜਿਹੜੇ ਹੈਗੇ ਨੇ ਮੰਡੀਆਂ, ਕਿਉਂਕਿ ਸੀਜ਼ਨ ਸ਼ੁਰੂ ਹੋ ਚੁੱਕਿਆ, ਅੱਜ ਬੋਲੀ ਸ਼ੁਰੂ ਕਰਾਈ ਆ ਮੇਰੇ ਆਪਣੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿੱਚ। ਅੱਜ ਮੈਂ ਤਕਰੀਬਨ ਸਾਰੀ ਮੰਡੀਆਂ ਦੇ ਵਿੱਚ ਤਲਵੰਡੀ ਭਾਈ ਮੁਦਕੀ, ਚਗੱਤੇ ਵਾਲਾ, ਫਿਰੋਜ਼ਪੁਰ ਕੈਂਟ, ਮਮਦੋਟ, ਔਰ ਇਸ ਤੋਂ ਬਾਅਦ ਮੈਂ ਹੁਣ ਜਾਣਾ ਹੈਗਾ ਝੋਲਕਰੀਆ, ਉੱਥੇ ਅਸੀਂ ਬੋਲੀ ਕਰਾਂਗੇ। ਪ੍ਰਬੰਧ ਤੁਹਾਡੇ ਸਾਹਮਣੇ ਦੇਖ ਲਓ, ਲਾਈਟਿੰਗ ਸਾਰੀ ਚੱਲ ਰਹੀ ਹੈ, ਪਾਣੀ ਦਾ ਪੂਰਾ ਪ੍ਰਬੰਧ ਹੈਗਾ। ਔਰ ਮੈਂ ਐਸ਼ਿਓਰ ਕਰਦਾ, ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਵੀ ਜ਼ਿੰਮੇਦਾਰਾਂ ਨੂੰ ਔਰ ਆੜ੍ਹਤੀ ਭਰਾਵਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਏਗੀ, ਨਾ ਤਾਂ ਲਿਫਟਿੰਗ ਨੂੰ ਲੈ ਕੇ, ਨਾ ਲੇਬਰ ਨੂੰ ਲੈ ਕੇ, ਨਾ ਬਾਲ ਦਿੰਦੇ ਨੂੰ ਲੈ ਕੇ, ਨਾ ਹੀ ਜਿਹੜੀ ਹੈਗੀ ਬੋਲੀ ਨੂੰ ਲੈ ਕੇ। ਮਾਨ ਸਾਹਿਬ ਦੀ ਅਗਵਾਈ ਦੇ ਹੇਠ ਸਮੁੱਚਾ ਜਿਹੜਾ ਫੂਡ ਸਪਲਾਈ ਸਾਡਾ ਮਹਿਕਮਾ ਹੈਗਾ, ਸਮਾਨਯੋਗ ਸਾਡੇ ਮੰਤਰੀ ਸਾਹਿਬ ਲਾਲ ਚੰਦ ਕਟਾਰੂ ਚੱਕ ਜੀ, ਔਰ ਸਮੁੱਚਾ ਜਿਹੜਾ ਸਾਡਾ ਡਿਪਾਰਟਮੈਂਟ ਹੈਗਾ, ਸਾਡੀ ਖਰੀਦ ਏਜੰਸੀਆਂ ਨੇ, ਉਹ ਪ੍ਰੋਪਰ ਮੁਸਤੈਦ ਹੈ, ਤਿਆਰੀਆਂ ਸਾਰੀਆਂ ਹੋ ਚੁੱਕੀਆਂ ਨੇ, ਔਰ ਜ਼ਿੰਮੇਦਾਰਾਂ ਨੂੰ ਕੋਈ ਦਿੱਕਤ ਨਹੀਂ ਹੈ। ਸਰ, ਇੱਕ ਤੁਸੀਂ ਮਮਦੋਟ ਏਰੀਏ 'ਚ ਖਰਾਬੇ ਦਾ ਵੀ ਜਾਇਜ਼ਾ ਲਿਆ ਹੈ, ਆਪਣੇ ਏਰੀਏ ਦਾ ਕਿੰਨਾ ਕੁ ਫਸਲ ਖਰਾਬੇ 'ਚ ਆਈ ਹੈ ਅਤੇ ਕਿੰਨੇ ਕੁ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ? ਦੇਖੋ, ਇਹਦੇ ਨਾ ਪ੍ਰੋਪਰ ਕੈਲਕੂਲੇਸ਼ਨ ਜਿਹੜੀ ਹੈਗੀ ਹੈ ਹਾਲੇ ਅੰਡਰ ਜਿਹੜੀ ਹੈ ਪ੍ਰੋਸੈਸ ਦੇ ਵਿੱਚ ਹੈ, ਕਿਉਂਕਿ ਕਈ ਜਗ੍ਹਾ ਦੇ ਉੱਤੇ ਵੀ ਹਾਲੇ ਵੀ ਗਰਦੌੜੀਆਂ ਚੱਲ ਰਹੀਆਂ ਨੇ, ਔਰ ਜਿਹੜਾ ਖੇਤੀਬਾੜੀ ਮਹਿਕਮਾ ਹੈਗਾ ਉਹਨਾਂ ਵੱਲੋਂ ਵੀ ਕੁਝ ਰਿਪੋਰਟਾਂ ਆ ਰਹੀਆਂ ਨੇ ਕੁਝ ਏਰੀਆ, ਕਿਉਂਕਿ ਹਾਲੇ ਪ੍ਰੋਪਰ ਕਣਕਾਂ ਦੀ ਜਿਹੜੀ ਕਟਾਈ ਹੈ ਸ਼ੁਰੂ ਨਹੀਂ ਹੋਈ ਹੈ, ਉਹ ਵੇਟਿੰਗ ਹੈ ਵੀ ਚਲੋ ਜਿੱਥੇ ਗਰਦੌੜੀ ਦਾ ਕੰਮ ਹੈ ਮੁਕੰਮਲ ਹੋ ਜਾਏ, ਤਾਂ ਜਿਵੇਂ ਜਿਵੇਂ ਆ ਰਹੀ ਹੈ ਉਸ ਹਿਸਾਬ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਕੈਲਕੂਲੇਟ ਕਰ ਰਿਹਾ। ਕੱਲ੍ਹ ਅਸੀਂ ਇੱਕ ਪ੍ਰੋਗਰਾਮ ਰੱਖਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਅਬੋਹਰ ਦੇ ਵਿੱਚ ਖਰਾਬੇ ਦੀਆਂ ਜਿਹੜੇ ਮੁਆਵਜ਼ੇ ਦੀ ਰਕਮ ਹੈ ਉਹ ਅਵਾਰਡ ਦੇ ਵਿੱਚ ਸਟੇਟ ਪੱਧਰੀ ਪ੍ਰੋਗਰਾਮ ਦੇ ਵਿੱਚ ਉਹ ਵੰਡਣਗੇ, ਆਪਣੇ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਔਰ ਆਪਣੇ ਡਿਸਟ੍ਰਿਕਟ ਲੈਵਲ ਦੇ ਉੱਤੇ DC ਸਾਹਿਬ ਜਿਹੜੇ ਹੈਗੇ ਆ ਉਹ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਜਿਹੜੇ ਖਰਾਬੇ ਦੇ ਚੈੱਕ ਵੰਡਾਂਗੇ, ਜਿੰਨੀਆਂ ਕੁ ਰਿਪੋਰਟਾਂ ਸਾਡੇ ਕੋਲ ਆਈ ਆ, ਜਿੰਨਾ ਕੁ ਸਾਡੇ ਕੋਲ ਜਿਹੜਾ ਅੰਕੜੇ ਇਕੱਠੇ ਹੋਏ ਨੇ ਉਹਦੇ ਅਕੋਰਡਿੰਗ। ਸਰ, ਝਾੜ ਕਿਵੇਂ ਇਸ ਤਰ੍ਹਾਂ ਹੋਏਗਾ? ਵੀ ਝਾੜ ਦੇਖੋ, ਝਾੜ ਦੀ ਮੈਂ ਅੱਜ ਸਵੇਰ ਦੇ ਜਿਹੜੇ 5-6 ਮੰਡੀਆਂ ਦੇ ਵਿੱਚ ਗਿਆ ਔਰ ਤਕਰੀਬਨ ਜਿੰਨੇ ਵੀ ਮੈਨੂੰ ਕਿਸਾਨ ਉੱਥੇ ਮਿਲੇ ਨੇ ਉਹਨਾਂ ਦੇ ਇਹੀ ਦੱਸਿਆ ਕਿ ਜਿਹੜਾ ਐਵਰੇਜ ਜਿਹੜਾ ਝਾੜ ਹੈਗਾ ਉਹ 45 ਤੋਂ ਲੈ ਕੇ 50 ਦੇ ਵਿਚਕਾਰ ਆ ਰਿਹਾ, ਕਿਤੇ 46 ਮਣ ਆ ਰਿਹਾ, ਕਿਤੇ 48 ਮਣ ਆ ਰਿਹਾ, ਕਿਤੇ 49 ਵੀ ਆਇਆ, ਔਰ ਬਥੇਰੀਆਂ ਫਸਲਾਂ ਇੱਦਾਂ ਦੀਆਂ ਖੜੀਆਂ ਨੇ ਜਿੱਥੇ ਜਿਹਨੂੰ ਵੇਖਣ 'ਤੇ ਲੱਗਦਾ ਕਿ 55 ਤੋਂ 60 ਦੇ ਮੰਦ ਵੀ 55+ ਜਾਏਗੀ। ਸੋ ਝਾੜ ਦੇ ਵਿੱਚ ਮੈਨੂੰ ਨਹੀਂ ਲੱਗ ਰਿਹਾ ਵੀ ਕੋਈ ਕਮੀ ਆ ਰਹੀ, ਠੀਕ ਹੈ ਜਿਹੜਾ ਕੁਦਰਤੀ ਮਾਰ ਹੈ ਉਹਨਾਂ ਤੁਹਾਡੇ ਹੱਥਾਂ ਦਾ, ਮੇਰੇ ਹੱਥਾਂ ਕਿਸੇ ਦੇ ਹੱਥ ਨਹੀਂ ਹੈਗੇ। ਔਰ ਐਤਕੀ ਇਸ ਵਾਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ, ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ ਇੱਕ ਕੱਟ ਦੀ ਇਹਨਾਂ ਨੇ ਕੰਡੀਸ਼ਨ ਰੱਖੀ ਸੀ ਵੀ ਅਸੀਂ ਕੱਟ ਲਾਵਾਂਗੇ, ਲੇਕਿਨ ਮਾਨ ਸਾਹਿਬ ਨੇ, ਕਿਉਂਕਿ ਕਿਸਾਨ ਪੱਖੀ ਸਰਕਾਰ ਹੈ, ਕਿਸਾਨਾਂ ਦੇ ਹੱਕ ਦੇ ਲਈ ਖੜੀ ਹੈ, ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਹੈਗੀ ਆ ਹਮੇਸ਼ਾ ਸਾਡੀ ਸਰਕਾਰ ਦੀ ਜਿਹੜੀ ਪਹਿਲਕਦਮੀ ਰਹੇਗੀ। ਔਰ ਅੱਜ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਜਿਹੜਾ ਹੈਗਾ ਆਪਦੇ ਟਵੀਟ ਰਾਹੀਂ ਪੂਰੇ ਪੰਜਾਬ ਦੇ ਜ਼ਿੰਮੇਦਾਰਾਂ ਨੂੰ, ਕਿਸਾਨਾਂ ਨੂੰ ਇਹ ਇਨਫੋਰਮੇਸ਼ਨ ਦਿੱਤੀ ਹੈ ਕਿ ਕੱਟ ਸੈਂਟਰ ਗਵਰਨਮੈਂਟ ਭਾਵੇਂ ਜਿੰਨਾ ਮਰਜ਼ੀ ਲਾਵੇ, ਜੋ ਮਰਜ਼ੀ ਲਾਵੇ, ਲੇਕਿਨ ਉਹਦੀ ਭਰਪਾਈ ਹੈ ਉਹ ਪੰਜਾਬ ਸਰਕਾਰ ਆਪਦੀ ਜੇਬ ਤੋਂ ਕਰੇ। ਮੰਡੀਆਂ ਵਿੱਚ ਪ੍ਰਬੰਧ ਕਿਵੇਂ ਗਿਆ? ਮੰਡੀਆਂ ਵਿੱਚ ਪ੍ਰਬੰਧ ਤੁਸੀਂ ਆਪ ਦੇਖ ਸਕਦੇ ਹੋ ਜੀ, ਬਹੁਤ ਵਧੀਆ ਪ੍ਰਬੰਧ ਨੇ,
ਪਾਣੀ ਦਾ ਬਿਜਲੀ ਦਾ ਟਾਇਲਟ ਦਾ ਕਿਹੜੀਆਂ ਕਿਹੜੀਆਂ ਏਜੰਸੀਆਂ ਨੇ ਮਾਲ ਕੇ ਪਾਰਦਾਨਾ ਇੰਸਪੈਕਟਰ ਨਾਲ ਗੱਲ ਕਰ ਰਹੇ ਹਾਂ ਜੀ ਉਹਨਾਂ ਨੇ ਭਰੋਸਾ ਦਿੱਤਾ ਲਈ ਨਹੀਂ ਅੱਜ ਆਪਾਂ ਮਨਜੋਲ ਦੇ ਵਿੱਚ ਮਾਰਾ ਖਰੀਦ ਤਾਂ ਸ਼ੁਰੂ ਕਰਾ ਦਿੱਤੀ ਹੈ ਪਰ ਬਾਰਦਾਨਾ ਹੋਏਗਾ ਤਾਂ ਖਰੀਦ ਸ਼ੁਰੂ ਹੋਏਗੀ ਬਾਰਦਾਨਾ ਆ ਜਾਣਾ ਭਾਜੀ ਕਿਹੜੀਆਂ ਏਜੰਸੀਆਂ ਇੱਥੇ ਅਲਾਟ ਕੀਤੀਆਂ ਗਈਆਂ ਜਿਹੜੀ ਖਰੀਦ ਕਰਨਗੀਆਂ ਜੀ ਇਹ ਪੰਸਰ ਹਾਂਜੀ ਪੰਸਰ ਮਾਰਕਫੈਟ ਤੇ ਮੇਰ ਗ੍ਰੇਨ ਬਨ ਗ੍ਰੇਨ ਬਾਰਦਾਨਾ ਕਿੰਨੀ ਦੇਰ ਤੋਂ ਮੇਲੇ ਹੈਗੇ ਜੀ ਬਾਰਦਾਨਾ ਪਰਚੇਜ ਸ਼ੁਰੂ ਹੋਈ ਆ ਬਸ ਬਾਰਦਾਨਾ ਚ ਆਜੂਗਾ ਅੱਜ ਤੱਕ ਹਾਂਜੀ ਵੀਰ ਜੀ ਬਰਸਾਤ ਪੈਂਦੀ ਹੈ ਤਰਪਾਲਾਂ ਦਾ ਬੰਦੋਬਸਤ ਨਹੀਂ ਹੁੰਦਾ ਹਾਂਜੀ ਇਹਦੇ ਬਾਰੇ ਆੜਤੀਆਂ ਨੂੰ ਸੁਚੇਤ ਕਰ ਦਿੱਤਾ ਗਿਆ ਹਦਾਇਤ ਵੀ ਦਿੱਤੀ ਗਈ ਆ ਕਿ ਆਪਦੀ ਤਰਪਾਲਾਂ ਦਾ ਪ੍ਰਬੰਧ ਮੌਕੇ ਤੇ ਕੀਤਾ ਜਾਵੇ ਬੜੇ ਸੀਜ਼ਨ ਹੋ ਗਏ ਜੀ ਚਲੋ ਤੁਸੀਂ ਹੁਣ ਆਇਓ ਕਦੇ ਵੀ ਤਰਪਾਲਾਂ ਦਾ ਪ੍ਰਬੰਧ ਨਹੀਂ ਹੁੰਦਾ ਤੁਸੀਂ ਕੀ ਕਾਰਵਾਈ ਕਰੋਗੇ ਜੇ ਬਾਰਿਸ਼ ਆਉਂਦੀ ਤਰਪਾਲਾਂ ਜੇ ਆੜਤੀ ਨਹੀਂ ਦਿੰਦੇ ਤਾਂ ਜੋ ਵੀ ਰੂਲਾਂ ਦੇ ਮੁਤਾਬਕ ਕਾਰਵਾਈ ਹੋਊਗੀ ਉਹ ਆੜਤੀਆਂ ਤੇ ਕੀਤੀ ਜਾਵੇ ਜੇ ਤੁਸੀਂ MLA ਸ੍ਰੀ ਰਜਨੀਸ਼ ਦਈਆ ਦੀ ਇਸ ਜਾਣਕਾਰੀ ਨਾਲ ਸਹਿਮਤ ਹੋ ਤਾਂ ਆਪਣੇ ਵਿਚਾਰ ਕਮੈਂਟ ਕਰਕੇ ਦੇਣੇ ਕਰੋ ਨਵੇਂ ਦਰਸ਼ਕ ਲੋਕਾਂ ਦੀ ਵਾਇਸ TV ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਫਾਲੋ ਕਰਨਾ ਨਾ ਭੁੱਲਣਾ ਧੰਨਵਾਦ